ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਨੀ ਦਾ ਟੇਸਟੀ ਖਾਣਾ ਚੈਨਲ ਤੇ ਲੈ ਕੇ ਆਇਆ ਤੁਹਾਡੇ ਲਈ ਸਰਦੀਆਂ ਦਾ ਤੋਹਫਾ ਜਾਨੀ ਕਿ ਮੋਠ ਬਾਜਰੇ ਦੀ ਖਿਚੜੀ ਜੇਕਰ ਤੁਹਾਡੇ ਪੇਟ ਦੇ ਵਿੱਚ ਗੜਬੜ ਰਹਿੰਦੀ ਹੈ ਤੁਸੀਂ ਇਕ ਦਾਲਾਂ ਸਬਜ਼ੀਆਂ ਖਾ ਕੇ ਅੱਕ ਚੁੱਕੇ ਹੋ ਤੁਹਾਡੇ ਤੇਜਾਬ ਬੰਦ ਹੈ ਜਾਂ ਪਾਚਨ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਪ੍ਰੋਬਲਮ ਹੈ ਤਾਂ ਡਾਕਟਰ ਵੀ ਤੁਹਾਨੂੰ ਮੋਠ ਬਾਜਰੇ ਦੀ ਖਿਚੜੀ ਖਾਣ ਦੀ ਸਲਾਹ ਦਿੰਦੇ ਨੇ ਇਹਨੂੰ ਆਪਾਂ ਬਜ਼ੁਰਗਾਂ ਨੂੰ ਸਪੈਸ਼ਲੀ ਦੇ ਸਕਦੇ ਹਾਂ ਔਰ ਈਵਨ ਕਿ ਅਗਰ ਤੁਹਾਡੇ ਕਿਡਜ਼ ਹੈਗੇ ਤਾਂ ਉਹ ਵੀ ਖਾ ਸਕਦੇ ਆ ਬਾਕੀ ਇਹਨੂੰ ਹਰ ਉਮਰ ਦਾ ਬੰਦਾ ਖਾ ਤੇ ਪਚਾ ਸਕਦਾ ਹੈ ਆਪਾਂ ਪਹਿਲਾਂ ਜਾਣ ਲੈਨੇ ਕਿ ਤੇ ਲਈ ਆ ਨੂੰ ਕੀ ਕੀ ਚਾਹੀਦਾ ਇਦੇ ਲਈ ਆਪਾਂ ਇੱਕ ਕਟੋਰੀ ਮੋਠ ਬਾਜਰੇ ਦੀ ਕੁੱਟੀ ਹੋਈ ਖਿਚੜੀ ਲਈ ਹੈ ਸੋ ਅਗਰ ਤੁਸੀਂ ਸਾਬਤ ਲਿਓਨਾ ਤਾਂ ਤੁਹਾਨੂੰ ਕੁੱਟਣੀ ਪਾਏਗੀ ਜੇ ਤੁਸੀਂ ਇੰਨੀ ਖੇਚਲ ਨਹੀਂ ਕਰਨਾ ਚਾਹੁੰਦੇ ਬਜ਼ਾਰਾਂ ਦੇ ਵਿੱਚ ਮੋਠ ਤੇ ਬਾਜਰੇ ਦੀ ਕੁੱਟੀ ਕਟਾਈ ਜਿਹੜੀ ਖਿਚੜੀ ਮਿਲ ਜਾਂਦੀ ਹੈ ਨਾਲ ਆਪਾਂ ਇੱਕ ਚਮਚ ਨਮਕ ਤੇ ਇੱਕ ਚਮਚ ਜਿਹੜਾ ਹੈਗਾ ਜੀਰਾ ਲਿਆ ਹੈ ਜਿਹੜਾ ਨਾਰਮਲ ਜੀਰਾ ਆਪਾਂ ਤੜਕਾ ਵਗੈਰਾ ਲਗਾਉਣ ਲਈ ਵਰਤਦੇ ਆ ਤਾਂ ਇਹਦੇ ਲਈ ਪਹਿਲਾਂ ਤੁਸੀਂ ਉਹਨੂੰ ਥੋੜੀ ਦੇਰ ਲਈ ਭਿਗੋ ਕੇ ਚਾਹੋ ਤਾਂ ਰੱਖ ਸਕਦੇ ਹੋ ਉਹਦੇ ਨਾਲ ਥੋੜਾ ਤੁਹਾਡਾ ਟਾਈਮ ਤੇ ਗੈਸ ਘੱਟ ਮੱਚੇਗੀ ਤੇ ਇੱਧਰ ਆਪਾਂ ਹੁਣ ਇਹਨੂੰ ਖਿਚੜੀ ਨੂੰ ਬਣਾਉਣ ਦੀ ਤਿਆਰੀ ਕਰਦੇ ਆ ਇੱਕ ਕੁ ਲੈਣਾ ਹੈ ਜੀ ਤੁਸੀਂ ਤੇ ਉਹਦੇ ਵਿੱਚ ਤੁਸੀਂ ਜੇ ਇੱਕ ਕੌਲੀ ਤੁਹਾਡੇ ਕੋਲੇ ਮੋਠ ਪਾਜਰੇ ਦੀ ਖਿਚੜੀ ਹੈ ਤਾਂ ਤੁਸੀਂ ਜਿਹੜਾ ਪਾਣੀ ਪਾਉਣਾ ਹੈ ਉਹ ਟੋਟਲ 4 ਗਲਾਸ ਪਾਉਣਾ ਹੈ ਤੁਸੀਂ ਚਾਹੋ ਤਾਂ ਨੂੰ ਮਿੱਟੀ ਦੇ ਹਾਰੇ ਵਗੈਰਾ ਚ ਪੁੱਜੀ ਵਗੈਰਾ ਚ ਵੀ ਧਰ ਸਕਦੇ ਹੋ ਚੁੱਲੇ ਤੇ ਆਸਤਾ ਆਸਤਾ ਇਹ ਬਣਦੀ ਰਹੇਗੀ ਉਹਦੇ ਵਿੱਚ ਵੀ ਇਹ ਕਾਫੀ ਜਿਆਦਾ ਟੇਸਟੀ ਲੱਗਦੀ ਹੈ ਅਗਰ ਤੁਸੀਂ ਇੰਨਾ ਯੂਨਾ ਐਫਰਟਸ ਨਹੀਂ ਕਰ ਸਕਦੇ ਤਾਂ ਤੁਸੀਂ ਇਹਨੂੰ ਕੁੱਕਰ ਚ ਵੀ ਵਿਸਲ ਜਿਹੜੀ ਹੈਗੀ ਆ ਲਗਾ ਸਕਦੇ ਹੋ ਇਹਨੂੰ ਬਨਣ ਤੇ ਥੋੜਾ ਟਾਈਮ ਲੱਗਦਾ ਹੈ ਮਤਲਬ 5-6 ਤੁਸੀਂ ਅਗਰ ਵਿਸਲ ਆਨ ਦੋਗੇ ਤਾਂ ਜਿਆਦਾ ਵਧੀਆ ਤਰੀਕੇ ਨਾਲ ਖੁੱਲ ਜੇਗੀ ਬਾਕੀ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਪਾਣੀ ਕਿੰਨੀ ਖਿਚੜੀ ਲਈ ਆ ਉਹਦੇ ਅਕੋਰਡਿੰਗਲੀ ਹੁਣ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਅੱਧਾ ਪੌਣਾ ਘੰਟਾ ਪਹਿਲਾਂ ਮੋਠ ਬਾਜਰੇ ਦੀ ਖਿਚੜੀ ਨੂੰ ਭਿਗੋ ਕੇ ਰੱਖ ਦਿੱਤਾ ਹੈ ਫਿਰ ਇਹਨੂੰ ਅੱਛੇ ਤਰੀਕੇ ਨਾਲ ਧੋ ਲੈਣਾ ਹੈ ਜਦ ਤੱਕ ਇਹਦਾ ਪਾਣੀ ਇਸ ਤਰ੍ਹਾਂ ਗੰਧਲਾ ਆ ਰਿਹਾ ਤਦ ਤੱਕ ਤੁਸੀਂ ਇਹਨੂੰ ਧੋਂਦੇ ਰਹਿਣਾ ਜਦ ਤੱਕ ਕਿ ਤੁਹਾਡਾ ਪਾਣੀ ਜਿਹੜਾ ਬਿਲਕੁਲ ਕ੍ਰਿਸਟਲ ਕਲੀਅਰ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਕਾਫੀ ਡਸਟ ਹੁੰਦੀ ਆ ਔਰ ਕੁੱਟਦੇ ਸਮੇਂ ਜਿਹੜਾ ਮੋਠ ਬਾਜਰੇ ਦਾ ਕਹਿ ਲਓ ਕਿ ਰਿਮੇਨਸ ਹੁੰਦੇ ਆ ਉਹ ਵੀ ਹੁੰਦੇ ਨੇ ਸੋ ਧੋਣ ਤੋਂ ਬਾਅਦ ਦੇਖੋ ਬਿਲਕੁਲ ਸਾਫ਼ ਮੋਠ ਤੇ ਬਾਜਰੇ ਦੀ ਖਿਚੜੀ ਬਣ ਕੇ ਰੈਡੀ ਹੈ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹ ਤੋਤੀ ਹੋਈ ਖਿਚੜੀ ਨੂੰ ਉਬਲਦੇ ਹੋਏ ਪਾਣੀ ਚ ਪਾ ਦੇਣਾ ਹੈ ਤੁਸੀਂ ਨਾਲ ਹੀ ਕੁੱਕਰ ਦੇ ਵਿੱਚ ਜਦੋਂ ਆਪਣਾ ਜੀਰਾ ਪਾਉਂਗੇ ਨਮਕ ਪਾਉਂਗੇ ਨਾਲ ਹੀ ਤੁਸੀਂ ਜਿਹੜਾ ਹੈਗਾ ਦੇਸੀ ਘੀ ਵੀ ਪਾ ਦੇਣਾ ਹੈ ਇਹਦੇ ਨਾਲ ਇੱਕ ਦਾ ਪਾਣੀ ਜਿਹੜਾ ਹੈਗਾ ਬਾਹਰ ਨਹੀਂ ਆਏਗਾ ਤੇ ਜਿਹੜੀ ਖਿਚੜੀ ਹੈਗੀ ਆ ਉਹ ਕਾਫੀ ਅੱਛੇ ਤਰੀਕੇ ਨਾਲ ਕੁਲਝੇਗੀ ਬਾਕੀ ਦੇਸੀ ਘੀ ਦੇ ਫਾਇਦੇ ਤਾਂ ਤੁਸੀਂ ਸਾਰੇ ਜਾਣਦੇ ਹੋ ਖਿਚੜੀ ਬਾਕੀ ਜਿੰਨੀਆਂ ਵੀ ਤੁਸੀਂ ਹੁਣ ਤੱਕ ਖਾਧੀਆਂ ਉਹਦੇ ਮੁਕਾਬਲੇ ਚ ਜਿਹੜੀ ਬਾਜਰੇ ਦੀ ਖਿਚੜੀ ਹੈ ਇਹਦੇ ਚ ਕੈਲਰੀ ਸਭ ਤੋਂ ਪਹਿਲਾਂ ਤਾਂ ਬਹੁਤ ਘੱਟ ਪਾਈ ਜਾਂਦੀ ਹੈ ਤੇ ਸਰਦੀਆਂ ਦੇ ਮੌਸਮ ਚ ਵਜ਼ਨ ਘਟਾਉਣ ਚ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦੀ ਹੈ ਸੋ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਮੋਠ ਬਾਜਰੇ ਦੀ ਖਿਚੜੀ ਜ਼ਰੂਰ ਖਾਇਆ ਕਰੋ ਇਹਦੇ ਵਿੱਚ ম্যাগਨੀਸ਼ੀਅਮ ਹੁੰਦਾ ਪੋਟਾਸ਼ੀਅਮ ਹੁੰਦਾ ਜਿਹੜੀ ਕਿ ਤੁਹਾਡੇ ਪਾਚਨ ਤੰਤਰ ਨੂੰ ਕਾਫੀ ਜ਼ਿਆਦਾ ਠੀਕ ਕਰਦੀ ਹੈ ਤੇ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਨੇ ਜਿਹਦੇ ਨਾਲ ਤੁਹਾਡੇ ਬਲੱਡ 슈ગર ਜਿਹੜਾ ਅਗਰ ਤੁਹਾਨੂੰ ਪ੍ਰੋਬਲਮ ਹੈ ਤਾਂ ਉਹਦਾ ਲੈਵਲ ਨੂੰ ਇਹ ਕੰਟਰੋਲ ਵਿੱਚ ਰੱਖਣ 'ਚ ਤੁਹਾਨੂੰ ਮਦਦ ਕਰਦੀ ਹੈ ਤੇ ਨਿਯਮਤ ਤੌਰ ਤੇ ਜੇਕਰ ਤੁਸੀਂ ਮੋਠ ਬਾਜਰੇ ਦੀ ਖਿਚੜੀ ਦਾ ਸੇਵਨ ਕਰਦੇ ਹੋ ਤੇ ਤੁਹਾਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ ਤਾਂ ਤੁਹਾਡੇ ਡਾਇਬਟੀਜ਼ ਜਿਹੜੀ ਹੈਗੀ ਆ ਉਹ ਵੀ ਕਾਬੂ ਦੇ ਵਿੱਚ ਰਹਿੰਦੀ ਹੈ ਪਾਚਨ ਸੰਬੰਧੀ ਤਾਂ ਹਰ ਪ੍ਰਕਾਰ ਦੀ ਜਿਹੜੀ ਪ੍ਰੋਬਲਮ ਹੈ ਤੁਹਾਡੀ ਦੂਰ ਹੋ ਜਾਂਦੀ ਹੈ ਤੇ ਥੋੜੇ ਟਾਈਮ ਦੇ ਵਿੱਚ ਹੀ ਇਹ ਬਣ ਕੇ ਤੁਹਾਡੀ ਜਿਹੜੀ ਖਿਚੜੀ ਹੈ ਇਹ ਰੈਡੀ ਹੋ ਜਾਂਦੀ ਹੈ ਅਗਰ ਤੁਹਾਨੂੰ ਅੱਜ ਦੀ ਰੈਸਪੀ ਚੰਗੀ ਲੱਗੀ ਤਾਂ ਰੈਸਪੀ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਭੈਣ ਭਰਾ ਵੀ ਤੋਂ ਮਦਦ ਲੈ ਸਕਣ ਤੇ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਓਵਰ weight ਵਾਲਿਆਂ ਲਈ ਤਾਂ ਇਹ ਕਾਫੀ ਜ਼ਿਆਦਾ ਫਾਇਦੇਮੰਦ ਹੈ ਸੋ ਤੁਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਜੀ ਇਹਨੂੰ ਤੁਸੀਂ ਦਹੀਂ ਨਾਲ ਚਾਹ ਨਾਲ ਦੁੱਧ ਨਾਲ ਜਾਂ ਦੇਸੀ ਕੀ ਨਾਲ ਖਾ ਸਕਦੇ ਹੋ ਥੈਂਕ ਯੂ